ਸਾਡੇ ਬਾਪੂ ਨੂੰ ਜਦੋਂ ਤੁਸੀਂ ਇੱਥੇ ਲਿਆ ਕੇ ਭੋਗ ਲਵਾਉਂਦੇ ਜੇ ਨਾ ਕੜਾ ਪ੍ਰਸ਼ਾਦ ਦਾ ਜਾਂ ਲੰਗਰ ਦਾ ਤੇ ਪਾਤਸ਼ਾਹ ਭੋਗ ਲਾ ਦਿੰਦੇ ਨੇ ਤੇ ਫਿਰ ਸਮੁੱਚੀ ਕਾਇਨਾਤ ਛਕਦੀ ਹੈ। ਦੇਖੋ ਸਿਧਾਂਤ ਸਿੱਖੀ ਦਾ, ਇਹ ਪੱਥਰ ਇਹਨਾਂ ਦਾ ਜਦੋਂ ਭੋਗ ਲਾਉਂਦਾ ਹੋਵੇਗਾ ਇਹ ਤੇ ਕਿਸੇ ਨੂੰ ਵੀ ਨਹੀਂ ਛਕਾਉਂਦੇ, ਤੇ ਸਾਡਾ ਬਾਪੂ ਜਦੋਂ ਭੋਗ ਲਾਉਂਦਾ ਸਮੁੱਚੀ ਕਾਇਨਾਤ ਛਕਦੀ ਹੈ। ਤੇ ਮੈਨੂੰ ਅੱਜ ਹੀ ਕਿਸੇ ਗੁਰਮੁਖ ਪਿਆਰੇ ਨੇ ਦੱਸਿਆ ਵੀ ਇੱਕ ਵਿਦਵਾਨ ਕਹਿੰਦਾ ਜੀ ਭੋਗ ਨਹੀਂ ਲਵਾਉਣਾ ਚਾਹੀਦਾ, ਇਹੋ ਜਿਹੇ ਦਾ ਭੋਗ ਹੀ ਪਾ ਦਿਆ ਕਰੋ। ਜੋ 400 ਵਰੇ ਤੋਂ ਮਰਿਆਦਾ ਚੱਲ ਰਹੀ ਹੈ ਤੂੰ 4 ਕਿਤਾਬਾਂ ਪੜ੍ਹ ਕੇ ਉੱਠ ਪਿਆ, ਭੋਗ ਨਹੀਂ ਲਵਾਉਣਾ ਚਾਹੀਦਾ ਇਹ ਮਨ ਮਤ ਹੈ ਆਖੇ। ਸੰਤ ਜਰਨੈਲ ਸਿੰਘ ਨੂੰ ਵੱਡਾ ਸਿੱਖ ਬਣ ਗਿਆ, ਤੂੰ ਕੰਡਾ ਨਹੀਂ ਕੌਮ ਲਈ ਖਾਧਾ, ਉਹਨੇ ਸਿਰ ਵਾਰਿਆ, ਜਾ ਕੇ ਯੂਟਿਊਬ ਤੇ ਸਰਚ ਮਾਰ, ਜਾ ਕੇ ਕਿਤੇ ਕਥਾ ਸੁਣ, ਸੈਂਕੜੇ ਹਜ਼ਾਰਾਂ ਲੱਖਾਂ ਗੁਰਧਾਮ ਨੇ ਜਿੱਥੇ ਰੋਜ਼ ਭੋਗ ਲੱਗਦਾ, ਇਹ ਸਾਰੀ ਮਨਮਤ ਚੱਲ ਰਹੀ ਹੈ। ਔਰ ਜੇ ਮਨਮਤ ਸੀ ਤੇ ਸਿਰ ਵਾਰਨ ਵਾਲੇ ਬਾਬੇ ਜਰਨੈਲ ਸਿੰਘ ਵਰਗੇ ਮਹਾਂਪੁਰਸ਼ਾਂ ਦੇ ਕਦੀ ਆਖਿਆ ਨਹੀਂ ਵੀ ਭੋਗ ਲਵਾਉਣਾ ਮਨਮਤ ਹੈ। ਅਖੇ ਜੀ ਗੁਰੂ ਭੋਗ ਨਹੀਂ ਲਾਉਂਦਾ, ਗੁਰੂ ਨੂੰ ਕੀ ਸਮਝਦੇ ਜੀ, ਹਾਜ਼ਰ ਨਾਜ਼ਰ ਖੁਦ ਖੁਦਾ। ਤੇ ਜੇ ਭੋਗ ਵਾਲੀ ਗੱਲ ਤੇ ਹੀ ਤੁਰਨਾ ਹੈ ਨਾ ਤੇ ਬਾਬੇ ਨਾਮੇ ਦਾ ਬਾਪੂ ਚਲ ਗਿਆ ਵਾਂਡੇ, ਭਗਤ ਨਾਮਦੇਵ ਦਾ ਬਾਪੂ ਚਲ ਗਿਆ ਵਾਂਡੇ, ਤੇ ਛੋਟੀ ਉਮਰ ਸੀ ਹਰੇ, ਤੇ ਨਾਲ ਇਹ ਕਹਿ ਗਿਆ ਵੀ ਗਾਂ ਗੂੰ ਚੋਣੀ ਤੇ ਆਪਾਂ ਪਤਾ ਲੋਕਾਂ ਦੇ ਘਰਾਂ ਚ ਬੱਚਿਆਂ ਨੂੰ ਆਉਂਦੀ ਹੁੰਦੀ ਸੀ ਉਹਨਾਂ ਸਮਿਆਂ ਚ, ਤੇ ਨਾਲ ਕਹਿ ਗਿਆ ਵੀ ਜਦੋਂ ਦੁੱਧ ਚੋਵੇ ਨਾ ਕੋਈ ਜਲ ਪਾਣੀ ਘਰ ਬਣਾਉਣ ਤੋਂ ਪਹਿਲਾਂ ਇਹ ਜਿਹੜਾ ਦੁੱਧ ਹੈ ਇਹਨੂੰ ਵਰਤਣ ਤੋਂ ਪਹਿਲਾਂ ਇਹਨੂੰ ਭਗਵਾਨ ਦਾ ਭੋਗ ਲਵਾ ਲਈ। ਹੁਣ ਨਾਮਦੇਵ ਰੱਬ ਦੇ ਰੰਗ ਵਿੱਚ ਰੰਗੀ ਰੂਹ ਹੈ, ਇਹ ਲਗਨ ਸ਼ੁਰੂ ਤੋਂ ਹੀ ਲੱਗੀ ਹੁੰਦੀ ਹੈ ਜਿਨ੍ਹਾਂ ਨੇ ਉੱਥੇ ਪਹੁੰਚਣਾ। ਉਹ ਜਿਹੜਾ ਭਗਤ ਨਾਮਦੇਵ ਹੈ, ਕਪਲ ਗਾਏ ਨਾਮੇ ਦੋਹੇ ਆਨੀ, ਕੀ ਕੀਤਾ ਕਪਲ ਗਾਏ ਨਾਮੇ ਦੋਹੇ ਆਨੀ ਦੁੱਧ ਪੀਓ ਗੋਬਿੰਦ ਰਾਏ, ਉਹ ਜਿਹੜੀ ਗਾਂ ਸੀ ਉਹ ਚੋ ਕੇ ਲੈ ਜਾਂਦੀ ਬਾਬੇ ਨੇ, ਦੁੱਧ ਕਟੋਰਾ ਗੜਵੈ ਪਾਨੀ ਕਪਲ ਗਾਏ ਨਾਮੇ ਦੋਹੇ ਆਨੀ, ਗੜਵੇ ਚ ਪਾ ਲਿਆ ਦੁੱਧ ਉਹ ਗਊ ਨੂੰ ਚੋ ਕੇ, ਤੇ ਉਸ ਖਸਮ ਦੇ ਅੱਗੇ ਬੈਠ ਗਿਆ ਦੁੱਧ ਪੀਓ ਗੋਬਿੰਦ ਰਾਏ, ਕਹਿੰਦਾ ਇਹਨੂੰ ਪੀ ਪਹਿਲਾਂ, ਜੇ ਪੀਵੇਂਗਾ ਤੇ ਫਿਰ ਆਪਾਂ ਪੀਣਾ, ਇਹਨੂੰ ਭੋਗ ਲਾਵੇਂਗਾ ਤੇ ਫਿਰ ਵਲਗਾਣੀ ਆ, ਦੁੱਧ ਪੀਓ ਗੋਬਿੰਦ ਰਾਏ ਦੁੱਧ ਪੀਓ ਮੇਰੋ ਮਨ ਪਤਿਆਏ, ਮੇਰਾ ਮਨ ਨਹੀਂ ਉਹ ਰੀਝਣਾ ਜਿੰਨਾ ਚਿਰ ਦੁੱਧ ਨਹੀਂ ਪ੍ਰਗਟ ਹੋ ਕੇ ਪੀਂਦਾ। ਦਿੱਧ ਫੜ ਲਈ ਨਾ, ਤੇ ਮਾਪੇ ਕਈ ਵਾਰ ਆਪਾਂ ਵੇਖਿਆ ਨਿਆਣਿਆਂ ਦੀ ਜਿੱਦ ਅੱਗੇ ਝੁੱਕ ਜਾਂਦੇ ਨੇ, ਜਿੱਥੇ ਅਪਣੱਤ ਹੋਵੇ ਜਿੱਥੇ ਪ੍ਰੇਮ ਹੋਵੇ ਝੁੱਕ ਜਾਂਦੇ ਨੇ। ਜਦੋਂ ਭਗਤ ਨਾਮਦੇਵ ਨੇ ਇਹ ਸ਼ਰਤ ਰੱਖ ਦਿੱਤੀ ਨਾ, ਹੁਣ ਇਹਦੇ ਤੋੜ ਮਰੋੜ ਕੇ ਅਰਥ ਕਰੀ ਜਾਓ ਜੀ, ਇਹ ਅੰਦਰ ਦੀ ਗੱਲ ਆ, ਅੰਦਰ ਕਿਹੜੀ ਗਾਂ ਬੱਝੀ ਸੀ ਵੀ ਜਿਹੜੀ ਚੋਲੀ ਜੇ ਆ ਝੱਖਾਂ ਰਹਿ ਗਈਆਂ ਨੇ ਇਹਨਾਂ ਵਿਦਵਾਨਾਂ ਕੋਲ, ਉਹ ਜੀ ਉਹ ਤੇ ਅੰਦਰ ਦੀ ਗੱਲ ਕਰਦੀ ਹੈ ਬਾਣੀ, ਅੰਦਰ ਕਿਹੜੀ ਕਪਲਾ ਗਾਂ ਬੱਝੀ ਹੈ, ਕੋਈ ਮੈਨੂੰ ਵੀ ਲੱਭ ਕੇ ਦਿਓ, ਮੈਨੂੰ ਤੇ ਅੱਜ ਤੱਕ ਲੱਭੀ ਨਹੀਂ ਕਿਸੇ ਬੰਨੇ, ਉੱਥੋਂ ਮੁੱਲ ਦੁੱਧ ਲੈਣਾ ਪੈਂਦਾ। ਇਹ ਅੰਦਰ ਦੀ ਗੱਲ ਹੈ, ਅੰਦਰ ਦੀ ਗੱਲ, ਅਧਿਆਤਮ ਅੰਦਰਲਾ ਪੱਖ, ਅਧਿਆਤਮ ਪੱਖ। ਉਹ ਭਾਈ ਬਾਣੀ ਸੂਖਮ ਸਤੂਲ ਅਰਥ ਦਿੰਦੀ ਹੈ, ਅੰਦਰ ਬਾਹਰ ਦੇ ਅਰਥ ਸਮਝਾਉਂਦੀ ਹੈ, ਪਰ ਹਰ ਗੱਲ ਨੂੰ ਅੰਦਰ ਦੀ ਕਹਿ ਕੇ ਰੱਦ ਕਰਨ ਵਾਲੇ ਮੂਰਖ ਨੂੰ ਬੰਦਾ ਪੁੱਛੇ ਵੀ ਅੰਦਰ ਕਿਹੜੀ ਤੇਰੀ ਮਾਂ ਗਾਂ ਬੱਝੀ ਹੈ, ਕੋਈ ਪਤਾ ਲੱਗੇ ਨਾ ਅੰਦਰ ਗਾਂ ਕਿਹੜੀ ਹੈ, ਜਿੱਦਣ ਲੱਭ ਜਾਵੇਗੀ ਫਿਰ ਉਹ ਅਰਥ ਕਰਾਂਗੇ ਆਪਾਂ, ਇਹਦੇ ਇਹੀ ਅਰਥ ਕਰਨੇ ਨੇ। ਮੈਂ ਇੱਥੇ ਕਥਾ ਕਰ ਰਿਹਾ, ਕਿਸੇ ਨੇ ਐਡਿਟ ਕਰਕੇ ਕਹਿਣਾ ਅਰਥ ਗਲਤ ਕੀਤੇ ਨੇ, ਉਹ ਤੇ ਅੰਦਰ ਦੀ ਗੱਲ ਹੋ ਰਹੀ ਹੈ। ਮੈਂ ਇੱਥੇ ਹੀ ਪੁੱਛ ਲਿਆ ਤੁਹਾਨੂੰ ਵੀ ਤੁਹਾਨੂੰ ਕੋਈ ਪੁੱਛੇ ਤੇ ਉਹਨੂੰ ਆਖਿਓ ਭਰਾ ਵੀ ਅੰਦਰ ਦੀ ਗਾਂ ਨਹੀਂ ਜੇ ਲੱਭੀ ਅੱਜ ਤੱਕ, ਸਾਨੂੰ ਬਾਹਰ ਮੁੱਲ ਲੈਣੀਆਂ ਪੈਂਦੀਆਂ ਨੇ। ਗਾਂ ਲਈ ਚੋ, ਕਪਲਾ ਗਾਂ ਗੋਰੇ ਰੰਗ ਦੀ ਗਾਂ ਚੋ ਲਈ ਹੈ। ਨਾਮਦੇਵ ਜੀ ਨੇ ਗਊ ਚੋ ਕੇ ਤੇ ਆਪਣੇ ਗੋਬਿੰਦ ਰਾਏ ਨੂੰ ਆਪਣੇ ਖਸਮ ਨੂੰ ਆਖਿਆ ਇਹਨੂੰ ਪੀ ਇਹਨੂੰ ਭੋਗ ਲਾ, ਤੇ ਜੇ ਨਹੀਂ ਲਾਉਂਦਾ ਤੇ ਮੇਰਾ ਮਨ ਨਹੀਂ ਪਤੀਜਣਾ, ਜੇ ਭੋਗ ਨਹੀਂ ਲਾਉਂਦਾ ਤੇ ਮੇਰੇ ਦਿਲ ਨੂੰ ਮਨ ਨੂੰ ਠੰਡ ਨਹੀਂ ਪੈਣੀ।
जिद फड़ ली है ओदे अगे जिद फड़ ली है ना ही ता घर को बाप रसाए ना ही ता घर को बाप रसाए दूध पियो मेरो मन पति आए उधरों बापू दी डांग दा भी डर है भी जे तू भोग ना लाया ते बापू कहिंदा सी भी भोग लगे तो बिना जल पानी वरतना नहीं है ते मेरे को मौर तते कराउणा ही एक घुट पीला खा तेरा की जांदा है तेरा की जांदा थोड़ा जिहा छकला खा ऐदां लेलकियां कढ़दा लिलकड़ियां कढ़दा तरले लैंदा रब इदां ही मिलदा है शिक्षा उस भिखारी नूं मिलदी है जिहनूं तरले लैणे आ जाण ते जदों नामदेव जी ने ना सोइन कटोरी अमृत भरी लै नामे हर आ गए धरी सोहनी जी कौली विच दुध पा के नामे ने अगे रख दिता अपने खसम दे अगे रख दिता ते कहिंदे भी ओ जिहड़ा खुदा है ना ओ जिहड़ा सभना विच समाया है जिहड़ा नामे दे सिर दा साईं सी उन्हें इस जिद वाल इस प्रेम वाल वेख के ते मुस्कुराया है उन्हें अपने आप विच मुस्कुराया है मुस्कुराया भोलेपन दे उत्ते भी ऐसा भी प्यार है मेरे नाल के लोग ते सब कुछ आप ही ढप जांदे ने पहली बार कोई लब्भा जिहड़ा पहला मैनू भोग लवाउंदा है क्योंकि उधर काजी कूजी दे आसे पासे दे पंडित जिहड़े सी उह भोग आप ही ला लैंदे सी भगवान दा घट ही लवाउंदे सी दीन दुनिया दे पातशाह एक कौतक वेख के नामदेव जी दा एक भगत मेरे हिरदा बसै नामे देख नारायण जे गुरु हाजर नाजर है जे खुदा हाजर नाजर है ते नामदेव ने लिखया है भी मेरे वाल वेख के हसया हो ते जे रब कोई ताकत ही नहीं गुरु ग्रंथ साहब कोई ताकत ही नहीं सतगुरु साडा कोई ताकत ही नहीं ते खुदा दी शान विच नामदेव एक अगोचर ताकत बारे किवें लिख गया भी वो हसया है अगोचर है साडियां अखां नूं नहीं दिखता पर जिन्हां दी अवस्था जिन्हां जिद फड़ लई उन्हां नूं वेख्या है दूध पी आए भगत घर गया ते नामदेव जी लिख रहे ने कहिंदे हसियां हुसियां नहीं गल बणदी ये हस तों बाद विच नहीं पहला मेरा काम कर बापू वांडे आउण वाला ही ये हस्या नहीं गल बननी दूध पियाए भगत घर गया नामे हर का दर्शन भया ते हुण जिहड़ा आंदा भोग नहीं लवाउणा चाहीदा फिर कसर काहदी है तुसीं आप हिसाब ला लो बापू जिहड़ा है जिहड़े साधु सत पुरश ने खसम नूं हाजर नाजर समझदे ने आपां नहीं रोज पढ़दे करी पाक साल सोच पवित्रा हुण लावो भोग हर ते तुसीं आखोगे नामदेव ते रब दी गल करदा ते गुरु ग्रंथ साहिब किहड़े रब ने तू बाणी नहीं पढ़ी लगदा सतगुर जागता है देओ ये सदा ही जागदा है सतगुर सदा ही हाजर नाजर है जिउंदा जागदा देओ है प्रभ है परमात्मा है मोर लाई है गुरु ग्रंथ साहिब ने गुरु गोविंद गोविंद गुरु है नानक भेद ना भाई जे भगत देव दुध नूं भोग लवा सकदा ते साडी की वखी दुखदी है देग नूं भोग लवाउंदिया सानू की तंगी है लंगर नूं भोग लवाउंदिया ते जां मैनू लगदा इस वीर दा इरादा भी सारी रस्ते दे घर ही छड्ड आया करिए ते लंगर ही ना बणिया करे अखे गुरु भोग नहीं लाउंदा आखे गुरु भी भोग लाओ बाणी कहिंदी सतगुर जागता है देओ ते जिहड़े कहिंदे भोग ना लवाओ वह गुरु नहीं समझदे इस नूं केवल ग्रंथ समझदे ने हाँ भी सिक्ख्या देण वाली किताब है इक पर साडे लई की है फिर पढ़ दिओ वाहो वाहो बाणी ते निरंकार है साडी बाणी ते निरंकार हाजर नाजर है भाई भोग क्यों ना लवाईए असी ते बाणी दे आधारित सिद्ध करदे आ भी भोग लगदा रहा ते लवाउणा है तू किहड़े बिहाफ ते खंडन कर रहा कोई सबूत दे तू कोई सबूत दे भी गुरु ग्रंथ साहिब ने आख्या होवे भोग लवाउणा मन मत है जिथों मर्जी पूछ चुके आ जांदे आ नहीं करना ओ नहीं करना आ मर्यादा झूठी है आ सिद्धांत गलत है
मैं ना भी 400 वरे दे विच कोई जागरूक प्रचारक पैदा नहीं होया जिन्ने आ पिछले 20 साल चो गए ने। कुल जांदा मूर्ख इत्थे प्रचारक बनिया ते आखणगे जी असीं जागरूक हैं। ये जागरूकता हुंदी है अपने प्यो की शान दे उल्ट बोलना, ये सियाणप हुंदी है अपने प्यो नूं अधूरा कहना, अपने गुरु ते उंगल करनी, अपने गुरु दे इतिहास नूं खंडन करना, ये जागरूकता नहीं है। नलायक बच्चे इदां करदे ने जिहड़े आपे बापू दे उल्ट बोल, जिहड़े लायक हुंदे ने उते बापू की शान वधाउंदे ने, उते बापू दे गुण गाउंदे ने, बापू की वडियाई करदे ने। ते नाले इत्थे कमरे दे सोफे ते बह के गल करके पा दिओ, इत्थे किहड़ा कोई पुछण वाला, पता ते उदों लगदा जदों आखो जी आओ लाइव विचार ही कर लईए, उदों टिकटां लई फिरदे हुंदे जहाज दीआं वापस जाण नूं। भी भाई तू तर्क कर दिता है, सामने बैठ विचार कर, संगतां विच लखां विच करोड़ां विच लाइव बैठ, उत्थे स्टेज ते जाके कह दिता भोग नहीं लाउणा, इत्थे आके विचार कर, इत्थे सामने बैठ के विचार कर, तैनू दसीए भी भोग लाउणा चाहीदा जां नहीं लाउणा चाहीदा। पता नहीं कादा ज्ञान चुकी फिरदे ने, कोई ज्ञान है, ये कादी कैंची है, सारा इतिहास सारी बाणी सारियां मर्यादा नूं वड वड सुटी जा रहे ने। हुण इन्हां ने गल बनाउणी जे भी ये अंदर दी गऊ है, ते पुछिओ जरूर भी अंदर गऊ केड़ी हुंदी है, भी केड़ी कपला गऊ बज्जी है अंदर प्यो वाली, सानू नहीं दस सकदी। यह है स्थूल दुनिया की गल कर रहा है बाबा, ते फिर जे दिदारे होए ने ते फिर ही हसदा वेख्या है ना। बाणी भी कहिंदी है रब है गोचर नहीं दिखदा, पर जिन्हां नूं दिदारे हो गए तेरे बंके लोयण, दंत रिसाला सोहणे नक जिन लमड़े बाला, ओ साडा खसम एडा सोहणा है, महाराज गुरु ग्रंथ साहिब कहिंदे तिखा नक है उहदा, पकौड़े अर्गा नहीं है, तिखा नक है उहदा, बड़ा सोहणा है। दंत रिसाला रसदायक मोतियां वर्गे दंद ने, ते लम्मे सोहणे उहदे केस ने, तां ही ते कले कले अंग ते लिखिया किते भगत कह रहे ने पार उतारे केसवा, हर जगह केसो केसो कूकिया, केसो केसो करके आख्या गया, उहदे सोहणे केस ने। जे कबीर ने वेख्या है ते फिर ही केसो केसो आख्या है ना, जे नामे ने वेख्या है ते फिर ही ये दस पाया है ना भी मेरे वल वेख के मुरारी हसया है, अकाल पुरख हसया है। ते जे नामदेव ने वेख्या ही कख नहीं है।